ਕਿਉਂ ਅਸੀਂ ਉਹਨਾਂ ਨੂੰ ਇਹ ਜਵਾਬ ਦਿੱਤਾ ਵੀ 1 ਕਰੋੜ ਬਜਾਏ ਚਾਹੇ 10 ਕਰੋੜ ਜੁਰਮਾਨਾ ਕਰ ਦੇ 2 ਕਿੱਲੇ ਜ਼ਮੀਨ ਦੇ ਨੇ ਜੀ 1 ਕਿੱਲਾ ਜ਼ਮੀਨ ਦਾ ਬਾਤੇ ਬੰਦੇ 4-5 ਕਿੱਲੇ ਨੇ ਉਹ ਕਰੋੜ ਦੇ ਤਾਂ ਉਹ ਨਹੀਂ ਬਣਦੇ ਹਣਗੇ ਇਹਨੂੰ ਸਾਡਾ ਪ੍ਰਦੂਸ਼ਣ ਦਿੰਦਾ ਜਿਹੜਾ ਫੈਟੇ ਕੈਮੀਕਲ ਪੈਂਦੇ ਨੇ ਉਹ ਕੋਈ ਪ੍ਰਦੂਸ਼ਣ ਨਹੀਂ ਹੈਗਾ ਦਿੱਲੀ ਜਾ ਕੇ ਪੰਜ ਜਾਂਦਾ ਧੂਆਂ ਜਮਾ ਹੁੰਦਾ ਹੈ ਉਹ ਦਿੱਲੀ ਦਾ ਵੀ ਕਿਤੇ ਕਹਾਂ ਜਾਂਦਾ ਹੋਊਗਾ 1 ਕਰੋੜ ਜੁਰਮਾਨਾ 5 ਸਾਲ ਦੀ ਸਜ਼ਾ ਉਹ ਸਜ਼ਾ ਦੇਊਗਾ ਨਹੀਂ ਉਹ ਦੇਊ ਵੀ ਕਿੱਥੋਂ ਉਹ ਵੀ ਜ਼ਿਮੀਂਦਾਰ ਕੀ ਲੈ ਲੂਗਾ ਹਲੇ ਤਾਂ ਲੋਹੇ ਨਹੀਂ ਖਾ ਲਿਆ ਜੀ ਹੋਰ ਕਿੱਥੋਂ ਬੈਂਕਾਂ ਦੇ ਪੈਸੇ ਭਰਾਂਗੇ ਕਿੱਥੋਂ ਹੋਰ ਆੜਤੇ ਦੇ ਪੈਸੇ ਭਰਾਂਗੇ ਅਸੀਂ ਉਹਨਾਂ ਨੂੰ ਇਹ ਜਵਾਬ ਦਿੱਤਾ ਵੀ 1 ਕਰੋੜ ਬਜਾਏ ਚਾਹੇ 10 ਕਰੋੜ ਜੁਰਮਾਨਾ ਕਰ ਦੇ ਭਰਨਾ ਤਾਂ ਅਸੀਂ ਹੈ ਨਹੀਂ ਕਿਵੇਂ ਨਹੀਂ ਭਰਨਾ ਭਰੂ ਕਿੱਥੋਂ 2 ਕਿੱਲੇ ਜ਼ਮੀਨ ਦੇ ਨੇ 1 ਕਿੱਲਾ ਜ਼ਮੀਨ ਦਾ ਬਾਤੇ ਬੰਦੇ 4-5 ਕਿੱਲੇ ਨੇ ਉਹ ਕਰੋੜ ਦੇ ਤਾਂ ਉਹ ਨਹੀਂ ਬਣਦੇ ਹਣਗੇ ਕਰੋੜ ਜ਼ਮੀਨਦਾਰ ਕਿੱਥੋਂ ਭਰੂਗਾ ਇਹਨੂੰ ਸਾਡਾ ਪ੍ਰਦੂਸ਼ਣ ਦਿੰਦਾ ਜਿਹੜਾ ਫੈਟੇ ਕੈਮੀਕਲ ਪੈਂਦੇ ਨੇ ਉਹ ਕੋਈ ਪ੍ਰਦੂਸ਼ਣ ਨਹੀਂ ਹੈਗਾ ਦਿੱਲੀ 'ਚ ਜਾ ਕੇ ਪੰਜ ਜਾਂਦਾ ਧੂਆਂ ਜਮ੍ਹਾਂ ਹੁੰਦਾ ਹੈ ਉਹ ਦਿੱਲੀ ਦਾ ਵੀ ਕਿਤੇ ਕਹਾਂ ਜਾਂਦਾ ਹੋਊਗਾ ਉੱਥੇ ਬੰਬਈ ਬੜੇ ਬੜੇ ਸ਼ਹਿਰ ਪਏ ਨੇ ਦਿੱਲੀ ਤੋਂ ਕਿਹੜਾ ਘੱਟ ਸ਼ਹਿਰ ਨੇ ਉਹਦਾ ਸੌਂਕਾ ਉੱਥੇ ਰਹਿੰਦੇ ਨੇ ਆਪਣੇ ਫਿਲਮੀ ਐਕਟਰ ਜਿਹਨਾਂ ਨੂੰ ਵਿਚਾਰਿਆਂ ਨੂੰ ਕਦੇ ਮਿੱਟੀ ਦਾ ਦਿੱਖ ਪਤਾ ਵੀ ਨਹੀਂ ਉੱਥੇ ਧੂੰਆਂ ਜਾਂਦਾ ਉਹਨਾਂ ਦਾ ਨਹੀਂ ਜਾਂਦਾ ਹੈਗਾ ਦਿੱਲੀ ਦਾ ਇਹ ਕੈਮੀਕਲ ਪੈਂਦੇ ਨੇ ਜਿਹੜੇ ਫੈਕਟਰੀਆਂ 'ਚ ਧਰਤੀ ਦਾ ਪਾਣੀ ਖਰਾਬ ਕਰਤਾ ਸਾਡਾ ਸਾਡੀਆਂ ਫਸਲਾਂ ਖਰਾਬ ਕਰਤੀਆਂ ਸਾਨੂੰ ਕਹਿੰਦਾ ਵੀ ਪਰਾਲੀ ਦਾ ਧੂੰਆਂ ਵੀ 1 ਕਰੋੜ ਜੁਰਮਾਨਾ 5 ਸਾਲ ਦੀ ਸਜ਼ਾ ਉਹ ਸਜ਼ਾ ਦੇਊਗਾ ਨਹੀਂ ਉਹ ਦੇਊ ਵੀ ਕਿੱਥੋਂ ਉਹ ਕਿਵੇਂ ਦੇਊ ਕਿਹਨੂੰ ਕਿਹਨੂੰ ਸਜ਼ਾ ਦੇ ਦੂ ਉਹ ਜਾਂ ਪੰਜਾਬ ਸਾਰੇ ਇੱਕ ਪਾਸੇ ਹੋਇਆ ਵਾ ਉਹ ਕਰੂ ਕੀ ਜੇ ਗੱਲ ਕਰੀਏ ਜੀ ਜਿੱਦਾਂ ਉਹ ਕਹਿ ਰਹੇ ਨੇ ਵੀ 1 ਕਰੋੜ ਰੁਪਇਆ ਜੁਰਮਾਨਾ ਕਰਾਂਗੇ ਜੇ ਕਿਸਾਨਾਂ ਨੂੰ ਇਹ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ ਕਿਸਾਨ ਕਿਉਂ ਅੱਗ ਲਾਵੇ ਤੁਸੀਂ ਕੀ ਕਹਿੰਦੇ ਸਹੂਲਤਾਂ ਅਸੀਂ ਇਹ ਕਹਿੰਦੇ ਹਾਂ ਵੀ ਸਾਨੂੰ ਪਰਾਲੀ ਦਾ ਘੱਟ ਦੇ ਘੱਟ 2500 ਰੁਪਇਆ ਫੀ ਏਕੜ ਚਾਹੀਦਾ ਜੇ ਅਸੀਂ ਪਰਾਲੀ ਦਾ ਹੀਲਾ ਕਰਾਂਗੇ ਕਿਵੇਂ ਕਰੀਏ ਚਾਹੇ ਵਿੱਚ ਦੱਬੀਏ ਚਾਹੇ ਕੱਢੀਏ ਚਾਹੇ ਕੁਛ ਕਰੀਏ ਸਾਡਾ ਖਰਚਾ ਸਾਡੇ ਕੋਲ ਸੰਦੇ ਹੀ ਨਹੀਂ ਹਨਗੇ ਐਡੇ ਅਸੀਂ ਉਹ 10-8-10 ਲੱਖ ਦਾ ਟਾਇਟ ਕਿੱਥੋਂ ਲੈ ਲਾਂਗੇ ਬਾਕੀ ਐਡੇ ਐਡੇ ਸੰਦ ਕਿੱਥੋਂ ਲੈ ਲਾਂਗੇ ਜਿਹੜੇ ਉਹ ਮਗਰ ਪੈਣਗੇ ਇੱਕ ਗਰੀਬ ਬੰਦਾ ਤਾਂ ਪਹਿਲੇ ਆਪ ਹੱਤਿਆ ਕਰ ਰਿਹਾ ਹੁਣ ਇਸ ਪਾਸੋਂ ਇਹ ਸੋਚੋ ਤੁਸੀਂ ਵੀ ਜ਼ਿਮੀਂਦਾਰ ਕੀ ਲੈ ਲੂਗਾ ਹਲੇ ਤਾਂ ਲੋਹੇ ਨਹੀਂ ਖਾ ਲਿਆ ਹੋਰ ਕਿੱਥੋਂ ਬੈਂਕਾਂ ਦੇ ਪੈਸੇ ਭਰਾਂਗੇ ਕਿੱਥੋਂ ਹੋਰ ਆੜਤੇ ਦੇ ਪੈਸੇ ਭਰਾਂਗੇ ਕਿੱਥੋਂ ਆਪਣੇ ਕਬੀਲਦਾਰੀ 'ਚ ਰਾਵਾਂਗੇ ਵੀ ਇਹ ਤਾਂ ਮੋਦੀ ਇਹ ਕਹਿੰਦਾ ਹੈ ਵੀ ਜਿਹੜੀ ਜ਼ਮੀਨ ਨੇ ਅੰਨੀ ਮਾਨੀ ਨੂੰ ਦੇ ਦਿਓ ਜਿਹੜੇ ਮਤਲਬ ਬੈਠੇ ਨੇ ਲਈ ਤੇਰੇ ਬੜੇ ਬੜੇ ਟਰਾਲੇ ਟਰੱਕ ਹੋਰ ਵਗੈਰਾ ਹੈਂ ਵੀ ਇਸ ਕਰਕੇ ਭਾਈ ਆਪਾਂ ਤਾਂ ਇਹੀ ਕਹਿੰਦੇ ਕਿਸਾਨਾਂ ਨੂੰ ਬਈ 5 ਤਰੀਕ ਨੂੰ 12 ਵਜੇ ਅਤੇ 4 ਵਜੇ ਥਾਈਂ ਰੋਡ ਬੰਦ 26-27 ਨੂੰ ਦਿੱਲੀ ਦਾ ਕਰਿਓ ਇਹ ਸਾਡਾ ਕਿਸਾਨਾਂ ਦਾ ਫੈਸਲਾ ਹੋਇਆ ਵਾ ਪਰਸੋਂ ਅਸੀਂ ਰਕਾਬਗੰਜ ਗੁਰਦੁਆਰੇ 'ਚ ਮੀਟਿੰਗ ਕਰੀ ਸਾਡੇ ਕਿਸਾਨਾਂ ਨੇ ਦਿੱਲੀ ਇਹ 2 ਤਰੀਕਾਂ ਵੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੋਡ ਬੰਦ ਇਹ ਜਿਹੜੀਆਂ ਚੀਜ਼ਾਂ ਬੰਦ ਨੇ ਪਰ ਉਹ ਤਾਂ ਬੰਦੇ ਨੇ ਬਾਕੀ ਇਹ ਮੋਦੀ ਕਹਿੰਦਾ ਵੀ ਮੈਂ ਤਾਂ ਚਲਾਊਂਗਾ ਗੱਡੀਆਂ ਰੇਲ ਗੱਡੀਆਂ ਜੇ ਦੂਜੇ ਯਾਤਰੀ ਖੋਲੋਗੇ ਯਾਤਰੀ ਖੋਲ੍ਹ ਕੇ ਕਹਿੰਦੇ ਫਿਰ ਹੋਊਗਾ ਹਾਂ ਕੁਛ ਕਰੋ ਆਹ ਕੁਛ ਕਰੋ ਵੀ ਹੁਣ ਉਹ ਕੀ ਉਹ ਖਤੋ ਕਰਾਈ ਜਾਊਗਾ ਅਸੀਂ ਹੁਣ ਕੁਛ ਨਹੀਂ ਕਰਦੇ ਹਾਂਗੇ ਅਸੀਂ ਜਿਵੇਂ ਬੈਠੇ ਔਕੜੇ ਬੈਠੇ ਤੋਂ ਬਗੈਰ ਕੋਈ ਹੱਲ ਨਹੀਂ ਹੈਗਾ ਨਾ ਜੀ ਕੋਈ ਹੱਲ ਨਹੀਂ ਮਜਬੂਰ ਹੋ ਕੇ ਕਿਸਾਨ ਮੈਂ ਕਹਿੰਦਾ ਕੋਈ ਹੱਲੇ ਨਹੀਂ ਹੈਗਾ ਇਹਦਾ ਇੰਨਾ ਪਰਾਲ ਕਿੱਥੋਂ ਹੋ ਜੂਗਾ ਸਾਡਾ ਸਾਰਾ 1 ਮਹੀਨਾ ਉਹ ਆ 8% ਸਾਡਾ ਧੂੰਆਂ 92% ਇਹ ਕਿੱਥੋਂ ਲਿਆ ਧੂੰਆਂ ਪੈਦਾ ਹੋ ਰਿਹਾ ਜਿਹੜਾ ਜਿਹੜੀਆਂ ਫੈਕਟਰੀਆਂ ਕੈਮੀਕਲ ਪੈਂਦੇ ਨੇ ਸਾਰਾ ਪੈਂਦਾ ਉਹਨਾਂ 'ਚ ਪਾਣੀ ਵੀ ਸਾਡੇ ਖਰਾਬ ਕਰਤੇ ਵਾਤਾਵਰਨ ਵੀ ਖਰਾਬ ਕਰਤਾ ਸਾਡੇ ਬੱਚਿਆਂ ਨੂੰ ਵੀ ਤਕਲੀਫਾਂ ਨੇ ਬੁੜਿਆਂ ਬੰਦਿਆਂ ਨੂੰ ਵੀ ਤਕਲੀਫਾਂ ਨੇ ਉਹ ਸਾਡੇ ਪਰਾਲੀ ਦਾ ਉਹਨੂੰ ਜ਼ਿਆਦਾ ਤਕਲੀਫ ਹੈ ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਇੰਨਾ ਨਿਕੰਮਾ ਪ੍ਰਧਾਨ ਮੰਤਰੀ ਕਦੇ ਨਹੀਂ ਵੇਖਿਆ ਉਹ ਜਿਹੜਾ ਕੀਤਾ ਜੀ ਇਹਨਾਂ ਨੇ ਧੂੰਆਂ ਤਾਂ ਹੁਣ ਪਤਾ ਹੀ ਆਪਾਂ ਨੂੰ ਫੈਕਟਰੀਆਂ ਦਾ ਵੀ ਬਹੁਤ ਧੂੰਆਂ ਔਰ ਬਾਕੀ ਦਾ ਇਹਦਾ ਕੋਈ ਹੱਲ ਵੀ ਹੈ ਨਹੀਂ ਹੱਲ ਤਾਂ ਇਹਦਾ ਇਹੀ ਆ ਵੀ ਅੱਗ ਲਾ ਕੇ ਹੀ ਸਾੜਿਆ ਜਾਂਦਾ ਐਡਾ ਕਿਸਾਨ ਕੋਲ ਕੋਈ ਸੰਦ ਨਹੀਂ ਹਨ ਵੀ ਜਿਹੜਾ ਕੋਈ ਇਹਨੂੰ ਵਾਹ ਕੇ ਥੱਲੇ ਗਾਲਿਆ ਜਾਵੇ ਇਸ ਕਰਕੇ ਹੋਰ ਕੋਈ ਹੱਲ ਨਹੀਂ ਪਰਾਲੀ ਦਾ ਜੀ ਇਹ 1 ਕਰੋੜ ਰੁਪਏ ਦਾ ਤੁਹਾਨੂੰ ਲੱਗਦਾ ਜੀ ਕਿਸੇ ਕਿਸਾਨ ਕੋਲ 1 ਕਰੋੜ ਰੁਪਇਆ ਹੋਊਗਾ ਕਿਸਾਨ ਤਾਂ ਰੋਟੀ ਤੋਂ ਮੁਹਤਾਜ ਹੋਏ ਬੈਠੇ ਨੇ ਅੱਜ ਦੇ ਟਾਈਮ 'ਚ ਕਰੋੜ ਤਾਂ ਜੀ ਕਿਸਾਨ ਕੋਲ ਕਿੱਥੋਂ ਹੋ ਜੂਗਾ ਤਾਂ ਪਹਿਲੀ ਆਰਥਿਕਤਾ ਕਿੰਨੀ ਡਾਊਨ ਹੈ ਖੁਦਕੁਸ਼ੀਆਂ ਹੋ ਰਹੀਆਂ ਨੇ ਖੁਦਕੁਸ਼ੀ ਜਿਹੜਾ ਕੋਈ ਕਰਦਾ ਕੋਈ ਆਪਣੀ ਮਜਬੂਰੀ ਕਰਕੇ ਹੀ ਕਰਦਾ ਜੀ ਜਦ ਬੇਵਾਹ ਹੋ ਜਾਂਦੀ ਹੈ ਮਰਨ ਨੂੰ ਕਿਸੇ ਦਾ ਜੀ ਕਰਦਾ ਇਸ ਕਰਕੇ ਸਰਕਾਰ ਇੰਨੀ ਨਿਕੰਮੀ ਸਰਕਾਰ ਮੈਂ ਤਾਂ ਕਦੇ ਮੇਰੀ ਜ਼ਿੰਦਗੀ 'ਚ ਕੀਤੀ ਕਿੰਨੇ ਪ੍ਰਧਾਨ ਮੰਤਰੀ ਹੈ ਕੋਈ ਇੰਨਾ ਨਿਕੰਮਾ ਪ੍ਰਧਾਨ ਮੰਤਰੀ ਕਦੇ ਦੇਖਿਆ ਨਹੀਂ
ਪਰਾਲੀ ਦਾ ਕਿ ਤੁਸੀਂ ਕੀ ਕਹਿੰਦੇ ਹੋ ਇਹਨੂੰ ਅੱਗ ਲਾਈਟ ਵਗੈਰਾ ਕੋਈ ਹੱਲ ਨਹੀਂ ਜੀ ਜੇ ਸਰਕਾਰ ਪ੍ਰੋਪਰ ਤੁਹਾਨੂੰ ਸਾਧਨ ਦੇਵੇ ਹਾਂਜੀ ਜੇ ਸਾਨੂੰ ਕੋਈ ਸਾਧਨ ਦੇਵੇ ਤਾਂ ਫਿਰ ਹੋ ਸਕਦਾ ਕੋਈ ਹਿੱਲਾ ਜਾਂ ਕੋਈ ਸਾਨੂੰ ਸਬਸਿਡੀ ਦਿੱਤੀ ਜਾਵੇ ਇਹਦੇ 'ਤੇ ਜਾਂ ਕੋਈ ਔਜ਼ਾਰ ਦਿੱਤਾ ਜਾਂਦਾ ਇਹੋ ਜਿਹੇ ਜਿਹੜੇ ਅਸੀਂ ਵਿੱਚ ਗਾਲ ਸਕੀਏ ਇਹਨੂੰ ਸਾਡੇ ਕੋਲ ਕੋਈ ਐਡਾ ਹੁਣ ਤੁਸੀਂ ਦੇਖ ਲਓ ਵੀ ਦੋ ਦੋ ਏਕੜ ਦੇ ਇੱਥੇ ਕਿਸਾਨ ਨੇ ਜੀ ਦੋ ਏਕੜ ਵਾਲਾ ਕਿਸਾਨ ਇੰਨੀ ਮਸ਼ੀਨਰੀ ਲੈ ਨਹੀਂ ਸਕਦਾ ਜੀ ਮਜ਼ਬੂਰੀ ਹੈ ਇਸ ਕਰਕੇ ਹੋਰ ਕੋਈ ਹੱਲ ਨਹੀਂ ਜੀ ਸਾਡੇ ਕੋਲ।